ਇਹ ਸਰ ਹੋਇਆ ਜਿੱਦਾਂ ਵੀ ਵਿਆਹ ਸੀ ਇੱਥੇ 11 ਨੂੰ ਦਸੰਬਰ ਨੂੰ, ਅਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਅਤੇ 10 ਕੁ ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਜ ਦੇ ਉੱਤੇ। ਉਸ ਤੋਂ ਬਾਅਦ 'ਚ ਇਹਨਾਂ ਜਾਗੋ ਕੱਢੀ ਆ, ਜਾਗੋ ਕੱਢੀ ਆ ਅਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਕਿਸ ਤਰ੍ਹਾਂ? ਕਿ ਅੱਧੀਆਂ ਰੇਹੜੇ ਡੰਗਰਾਂ ਵਾਲੇ ਉਹ ਚੁੱਕ ਕੇ ਛੱਪੜ ਦੇ ਵਿੱਚ ਸੁੱਟ ਦਿੱਤੇ, 2 ਰੇਹੜੇ ਸੁੱਟ ਦਿੱਤੇ, ਟੋਕਾ ਕਿਸੇ ਦਾ ਪੁੱਟ ਦਿੱਤਾ, ਕਿਸੇ ਗਮਲੇ ਤੋੜ ਦਿੱਤੇ, ਕਿਸੇ ਦੀ ਕਣਕ ਖਿਲਾ ਦਿੱਤੀ ਵਿਹੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ, ਕਿਸੇ ਦਾ ਸਾਈਕਲ ਤੋੜ ਦਿੱਤਾ। ਕਾਫੀ ਹੁੱਲੜਬਾਜ਼ੀ ਕੀਤੀ ਜੀ। ਤਾਂ ਰੀ ਸਵਾਰ ਹੋਇਆ ਹੁੰਦਾ ਕਿਸੇ ਦੇ ਪਿੰਡ ਦੇ ਆਪਣੇ ਜ਼ਿਮੀਂਦਾਰ ਹੰਧਰਾਵੇ ਨੇ, ਅੱਛਾ, ਜਿਨ੍ਹਾਂ ਨੇ ਕੀਤਾ ਇਹ ਕੰਮ। ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ। ਹੁਣ ਇਹ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ ਲਾਸ਼ ਆਪਣਾ ਉਹਦਾ ਜਿਹੜਾ ਛੱਪੜ ਚੋਂ? ਅਸੀਂ ਸਰ ਇਹਨਾਂ ਨੂੰ ਉਦਣ ਦੇ ਹੀ ਪੰਚਾਇਤ ਵੀ ਇਕੱਠੀ ਹੋਈ, ਇਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਜੇ ਕੋਈ ਬੰਦਾ ਤੁਹਾਡੇ ਕੋਲ ਹੀ ਹੈ, ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤਾਂ ਤਦ ਵੀ ਸਾਨੂੰ ਦੱਸ ਦਿਓ। ਜੇ ਤੁਸੀਂ ਕਿਸੇ ਰਿਸ਼ਤੇਦਾਰ ਦੇ ਪੱਠੇ ਪੁੱਠੇ ਪਾਉਣ ਨੂੰ ਘੱਲ ਦਿੱਤਾ ਆ ਤਦ ਵੀ ਸਾਨੂੰ ਦੱਸ ਦਿਓ, ਅਸੀਂ ਜਾ ਕੇ ਲਿਆਉਂਦੇ ਹਾਂ। ਅਤੇ ਜੇ ਤੁਹਾਡੇ ਕੋਈ ਉਹਦਾ ਨੁਕਸਾਨ ਹੋ ਗਿਆ, ਪੂਰਾ ਵੀ ਹੋ ਗਿਆ, ਤਦ ਵੀ ਸਾਨੂੰ ਡੈੱਡ ਬਾਡੀ ਦੇ ਦਿਓ, ਅਸੀਂ ਉਹਨੂੰ ਦਫਨਾ ਸਕੀਏ। ਪਰ ਇਹਨਾਂ ਸਾਨੂੰ ਕੋਈ ਨਿਆਂ ਨਹੀਂ ਦਿੱਤਾ। ਕਹਿੰਦੇ ਜੇ ਤੁਸੀਂ ਇਹ ਕਿੰਨੇ ਦਾ ਹੀ ਸਾਡੇ 'ਤੇ ਦਰਖਾਸਤ ਦਿਓਗੇ, ਮੰਨਿਆ ਕਿਤੇ ਹੋਰ ਆ ਜੂ, ਤਾਂ ਤੁਹਾਡੇ 'ਤੇ 420 ਦਾ ਪਰਚਾ, ਸਾਨੂੰ ਧਮਕੀ ਆ ਦਿੱਤੀ ਇਹਨਾਂ ਨੇ, ਉਲਟ ਪਰਚੇ ਦੀ ਧਮਕੀ ਦਿੱਤੀ ਸਨ। ਇਹ ਲਾਸ਼ ਦਾ ਕੱਲ੍ਹ ਇੱਥੋਂ 4-5 ਵਜੇ ਨਾਲ ਵੇਖੀ ਆ ਇੱਥੇ ਪਿੰਡ ਦੇ ਬੰਦਿਆਂ ਨੇ, ਉੱਥੋਂ ਸਾਡੀ ਛੋਟੀ ਭਰਜਾਈ ਆ ਉਹ ਆਈ ਇੱਥੇ ਕਿਸੇ ਦੇ ਘਰ, ਉਹਨੇ ਵੀ ਇੱਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ, ਫਿਰ ਸਾਡੇ ਉੱਥੋਂ ਸਾਰੇ ਪਿੰਡ ਦੇ ਲੋਕ ਆਏ ਅਤੇ ਫਿਰ ਸਾਨੂੰ ਪਤਾ ਲੱਗਾ ਸਰ। ਹਾਂਜੀ, ਪੁਲਿਸ ਨੂੰ ਫੋਨ ਕੀਤਾ, ਫਿਰ ਪੁਲਿਸ ਆ ਗਈ, ਪੁਲਿਸ ਕਹਿੰਦੀ ਸੀ ਅਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਅਤੇ ਖੜੀਏ ਜਾ ਕੇ ਜਮ੍ਹਾਂ ਕਰਾਉਣੀ ਹੈ। ਮੈਂ ਜਮ੍ਹਾਂ ਤਾਂ ਉਦਣ ਦੀ ਹੋਈ ਕੈਂਡੀ ਦੇ ਵਿੱਚ, ਜਿਦਣ ਦਾ 16-17 ਦਿਨ ਹੋ ਗਏ ਨੇ, ਉਦਣ ਦੀ ਜਮ੍ਹਾਂ ਹੋਈ ਆ, ਉਦਣ ਦਾ ਨਹੀਂ ਇਹਨੂੰ ਕੁਝ ਹੋ ਗਿਆ ਤਾਂ ਹੁਣ ਗਿਰਾਚ ਨਹੀਂ ਹੋ ਚੱਲਿਆ। ਇਸ ਟਾਈਮ ਨਹੀਂ ਅਸੀਂ ਜਾਣ ਦੇਣਾ, ਅਸੀਂ ਮੀਡੀਆ ਵਾਲਿਆਂ ਨੂੰ ਸੱਦਾਂਗੇ, ਮੀਡੀਆ ਵਾਲਿਆਂ ਨੂੰ ਦੱਸਾਂਗੇ, ਫਿਰ ਘਲਾਵਾਂਗੇ। ਇਹ ਸਰ ਹੋਇਆ ਜਿੱਦਾਂ ਵੀ ਵਿਆਹ ਸੀ ਇੱਥੇ 11 ਨੂੰ ਦਸੰਬਰ ਨੂੰ, ਅਤੇ ਉਹ ਵਿਆਹ ਦੇ ਵਿੱਚ ਇੱਥੇ ਆਇਆ ਜੇ ਅਤੇ 10 ਕੁ ਵਜੇ ਤੱਕ ਭੰਗੜਾ ਭੁੰਗੜਾ ਪੈਂਦਾ ਰਿਹਾ ਸਟੇਜ ਦੇ ਉੱਤੇ। ਉਸ ਤੋਂ ਬਾਅਦ 'ਚ ਇਹਨਾਂ ਜਾਗੋ ਕੱਢੀ ਆ, ਜਾਗੋ ਕੱਢੀ ਆ ਅਤੇ ਇਹਨਾਂ ਪਿੰਡ ਦੇ ਹੋਰ ਵੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਕਿਸ ਤਰ੍ਹਾਂ? ਕਿ ਅੱਧੀਆਂ ਰੇਹੜੇ ਡੰਗਰਾਂ ਵਾਲੇ ਉਹ ਚੁੱਕ ਕੇ ਛੱਪੜ ਦੇ ਵਿੱਚ ਸੁੱਟ ਦਿੱਤੇ, 2 ਰੇਹੜੇ ਸੁੱਟ ਦਿੱਤੇ, ਟੋਕਾ ਕਿਸੇ ਦਾ ਪੁੱਟ ਦਿੱਤਾ, ਕਿਸੇ ਗਮਲੇ ਤੋੜ ਦਿੱਤੇ, ਕਿਸੇ ਦੀ ਕਣਕ ਖਿਲਾ ਦਿੱਤੀ ਵਿਹੜੇ ਦੇ ਵਿੱਚ ਪਈ ਬੋਰੀਆਂ ਦੇ ਵਿੱਚ, ਕਿਸੇ ਦਾ ਸਾਈਕਲ ਤੋੜ ਦਿੱਤਾ। ਕਾਫੀ ਹੁੱਲੜਬਾਜ਼ੀ ਕੀਤੀ ਜੀ। ਤਾਂ ਰੀ ਸਵਾਰ ਹੋਇਆ ਹੁੰਦਾ ਕਿਸੇ ਦੇ ਪਿੰਡ ਦੇ ਆਪਣੇ ਜ਼ਿਮੀਂਦਾਰ ਹੰਧਰਾਵੇ ਨੇ, ਅੱਛਾ, ਜਿਨ੍ਹਾਂ ਨੇ ਕੀਤਾ ਇਹ ਕੰਮ। ਸ਼ਾਦੀ ਜਾਂ ਕੋਈ ਪ੍ਰੋਗਰਾਮ ਵੈਸੇ ਚੱਲ ਜਾਂਦਾ ਸੀ। ਹੁਣ ਇਹ ਕਿਸ ਤਰ੍ਹਾਂ ਪਤਾ ਲੱਗਾ ਵੀ ਇਹ ਲਾਸ਼ ਆਪਣਾ ਉਹਦਾ ਜਿਹੜਾ ਛੱਪੜ ਚੋਂ? ਅਸੀਂ ਸਰ ਇਹਨਾਂ ਨੂੰ ਉਦਣ ਦੇ ਹੀ ਪੰਚਾਇਤ ਵੀ ਇਕੱਠੀ ਹੋਈ, ਇਹਨਾਂ ਨੂੰ ਕਹਿੰਦੇ ਰਹੇ ਹਾਂ ਵੀ ਜੇ ਕੋਈ ਬੰਦਾ ਤੁਹਾਡੇ ਕੋਲ ਹੀ ਹੈ, ਬੰਦਾ ਜੇ ਕੋਈ ਅੱਗੇ ਪਿੱਛੇ ਹੋ ਗਿਆ ਆ ਤਾਂ ਤਦ ਵੀ ਸਾਨੂੰ ਦੱਸ ਦਿਓ। ਜੇ ਤੁਸੀਂ ਕਿਸੇ ਰਿਸ਼ਤੇਦਾਰ ਦੇ ਪੱਠੇ ਪੁੱਠੇ ਪਾਉਣ ਨੂੰ ਘੱਲ ਦਿੱਤਾ ਆ ਤਦ ਵੀ ਸਾਨੂੰ ਦੱਸ ਦਿਓ, ਅਸੀਂ ਜਾ ਕੇ ਲਿਆਉਂਦੇ ਹਾਂ। ਅਤੇ ਜੇ ਤੁਹਾਡੇ ਕੋਈ ਉਹਦਾ ਨੁਕਸਾਨ ਹੋ ਗਿਆ, ਪੂਰਾ ਵੀ ਹੋ ਗਿਆ, ਤਦ ਵੀ ਸਾਨੂੰ ਡੈੱਡ ਬਾਡੀ ਦੇ ਦਿਓ, ਅਸੀਂ ਉਹਨੂੰ ਦਫਨਾ ਸਕੀਏ। ਪਰ ਇਹਨਾਂ ਸਾਨੂੰ ਕੋਈ ਨਿਆਂ ਨਹੀਂ ਦਿੱਤਾ। ਕਹਿੰਦੇ ਜੇ ਤੁਸੀਂ ਇਹ ਕਿੰਨੇ ਦਾ ਹੀ
ਸਾਡੇ ਤੇ ਦਰਖਾਸਤ ਦੋਗੇ ਮੰਨਿਆ ਕਿਤੇ ਹੋਰ ਆ ਜੂ ਤੇ ਤੁਹਾਡੇ 420 ਦਾ ਪਰਚਾ ਸਾਨੂੰ ਧਮਕੀ ਆ ਦਿੱਤੀ ਇਹਨਾਂ ਉਲਟ ਪਰਚੇ ਦੀ ਉਲਟ ਪਰਚੇ ਦੀ ਧਮਕੀ ਦਿੱਤੀ ਸਾਨੂੰ ਤੇ ਫਿਰ ਲਾਸ਼ ਦਾ ਕਿਸ ਤਰ੍ਹਾਂ ਪਤਾ ਲੱਗਾ ਇਹ ਲਾਸ਼ ਦਾ ਕੱਲ ਇੱਥੋਂ 4-5 ਵਜੇ ਨਾਲ ਵੇਖੀ ਆ ਇੱਥੇ ਪਿੰਡ ਦੇ ਬੰਦਿਆਂ ਨੇ ਉੱਥੋਂ ਸਾਡੀ ਛੋਟੀ ਭਰਜਾਈ ਆ ਉਹ ਆਈ ਇੱਥੇ ਕਿਸੇ ਦੇ ਘਰ ਉਹਨੇ ਵੀ ਇੱਥੇ ਗੱਲ ਸੁਣ ਕੇ ਜਾ ਕੇ ਸਾਡੇ ਘਰ ਰੌਲਾ ਪਾਇਆ ਫਿਰ ਸਾਡੇ ਉੱਥੋਂ ਸਾਰੇ ਪਿੰਡ ਦੇ ਲੋਕ ਆਏ ਤੇ ਫਿਰ ਸਾਨੂੰ ਪਤਾ ਲੱਗਾ ਸਰ ਉਸ ਨੂੰ ਫੋਨ ਕੀਤਾ ਹਾਂਜੀ ਪੁਲਿਸ ਨੂੰ ਫੋਨ ਕੀਤਾ ਫਿਰ ਪੁਲਿਸ ਕਹਿੰਦੀ ਸੀ ਅਤੇ ਅਸੀਂ ਹੁਣ ਇਹਨੂੰ ਲਾਸ਼ ਨੂੰ ਕੱਢੀਏ ਅਤੇ ਖੜੀਏ ਜਾ ਕੇ ਜਮ੍ਹਾਂ ਕਰਾਉਣੀ ਹੈ ਮੈਂ ਕਿਹਾ ਜਮ੍ਹਾਂ ਤਾਂ ਉਦੋਂ ਦੀ ਹੋਈ ਕੈਂਡੀ ਦੇ ਵਿੱਚ ਜਿੱਦਣ ਦਾ 16-17 ਦਿਨ ਹੋ ਗਏ ਨੇ ਉਦੋਂ ਦੀ ਜਮ੍ਹਾਂ ਹੋਈ ਆ ਉਦੋਂ ਦਾ ਨਹੀਂ ਇਹਨੂੰ ਕੁਝ ਹੋ ਗਿਆ ਤਾਂ ਹੁਣ ਗਿਰਾਚੋਂ ਨਹੀਂ ਹੋ ਚੱਲਿਆ ਇਸ ਟਾਈਮ ਨਹੀਂ ਅਸੀਂ ਜਾਣ ਦੇਣਾ ਅਸੀਂ ਮੀਡੀਆ ਵਾਲੇ ਸੱਦਾਂਗੇ ਮੀਡੀਆ ਵਾਲੇ ਦੱਸਾਂਗੇ ਫਿਰ ਘਲਾਵਾਂਗੇ